ਉੱਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦਸਾ। ਬਦਰੀਨਾਥ ਹਾਈਵੇ ਨੇੜੇ ਨਹਿਰ ਦੇ ਵਿੱਚ ਡਿੱਗਿਆ ਟੈਂਪੂ ਟਰੈਵਲਰ। ਹਾਦਸੇ ਦੇ ਵਿੱਚ 8 ਯਾਤਰੀਆਂ ਦੀ ਮੌਤ, 9 ਜ਼ਖਮੀ। ਚੋਣ ਨਤੀਜਿਆਂ 'ਤੇ ਪੰਜਾਬ ਬੀਜੇਪੀ ਦਾ ਮਹਾਂਮੰਥਨ ਜਾਰੀ। ਪ੍ਰਧਾਨ ਸੁਨੀਲ ਜਾਖੜ ਬੋਲੇ, ਬੀਜੇਪੀ ਨੇ ਕੀਤਾ ਬਿਹਤਰ ਪ੍ਰਦਰਸ਼ਨ, ਪਰ ਸਿਰਫ ਬਿਹਤਰ ਹੀ ਨਹੀਂ ਕਾਫੀ। ਚੋਣ ਨਤੀਜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਐਕਟਿਵ। ਰਿਜ਼ਲਟ ਨੂੰ ਲੈ ਕੇ ਕੀਤੀ ਗਈ ਸਮੀਖਿਆ। ਰਾਘਵ ਚੱਡਾ ਨੇ ਆਪਦੇ ਸਾਰੇ ਲੋਕ ਸਭਾ ਉਮੀਦਵਾਰਾਂ ਦੇ ਨਾਲ ਕੀਤੀ ਮੀਟਿੰਗ। ਸੁਸ਼ੀਲ ਕੁਮਾਰ ਰਿੰਕੂ ਨੇ ਸ਼ੀਤਲ ਉਂਗਰਾਲ ਨੂੰ ਦੱਸਿਆ ਜਲੰਧਰ ਵੈਸਟ ਦੀ ਟਿਕਟ ਦੇ ਲਈ ਪਹਿਲਾ ਦਾਅਵੇਦਾਰ। ਬੋਲੇ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਉਂਗਰਾਲ ਦੇ ਨਾਲ ਹੈ ਕਮਿਟਮੈਂਟ, ਮੈਂ ਦੇਵਾਂਗਾ ਪੂਰਾ ਸਮਰਥਨ। ਹਿਮਾਚਲ ਦੇ ਡਲਹੌਜੀ ਦੇ ਵਿੱਚ ਪਹਾੜਾਂ ਦੀ ਸੈਰ ਕਰਨ ਗਏ ਐਨ ਆਰ ਆਈ। ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ। ਸਪੈਨਿਸ਼ ਪਤਨੀ ਦੇ ਨਾਲ ਘੁੰਮਣ ਆਇਆ ਸੀ ਪੰਜਾਬੀ ਐਨ ਆਰ ਆਈ, ਪੀੜਤ ਦਾ ਇਲਜ਼ਾਮ, ਕੰਗਣਾ ਥੱਪੜ ਕਾਂਡ ਕਰਕੇ ਕੀਤਾ ਹਮਲਾ। ਦੁਰਾਹਾ 'ਚ ਜੁਦਰੀ ਚੌਕ 'ਤੇ ਦੋਹਾਂ ਹੱਥਾਂ ਦੇ ਨਾਲ ਫਾਇਰਿੰਗ ਕਰਨ ਵਾਲਾ ਕਾਬੂ। ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ 4 ਵਿਦੇਸ਼ੀ ਹਥਿਆਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਦੋਹਾਂ ਨੇ 12 ਜੂਨ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਸੀ ਅੰਜਾਮ। USA 'ਚ ਜਲੰਧਰ ਦੀਆਂ ਰਹਿਣ ਵਾਲੀਆਂ 2 ਚਚੇਰੀਆਂ ਭੈਣਾਂ 'ਤੇ ਫਾਇਰਿੰਗ, ਇੱਕ ਦੀ ਮੌਤ, ਦੂਜੀ ਦੀ ਹਾਲਤ ਗੰਭੀਰ। US ਪੁਲਿਸ ਨੇ ਨਕੋਦਰ ਦੇ ਰਹਿਣ ਵਾਲੇ ਗੌਰਵ ਗਿੱਲ ਨੂੰ ਕੀਤਾ ਗ੍ਰਿਫਤਾਰ। ਦਸੂਹਾ 'ਚ 2 ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੀ ਬ੍ਰਾਂਚ ਨੂੰ ਬਣਾਇਆ ਨਿਸ਼ਾਨਾ। ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਲੁੱਟ ਕੇ ਹੋਏ ਫਰਾਰ। ਪੁਲਿਸ ਨੇ ਅਣਪਛਾਤਿਆਂ 'ਤੇ ਦਰਜ ਕੀਤਾ ਮਾਮਲਾ। ਦੀਨਾਨਗਰ ਦੇ ਇੱਕੋ ਪਿੰਡ ਦੇ ਵਿੱਚ 3 ਲਾਸ਼ਾਂ ਮਿਲਣ ਤੋਂ ਬਾਅਦ ਐਕਸ਼ਨ ਦੇ ਵਿੱਚ ਪੁਲਿਸ। ਪਿੰਡ ਡਿੰਡਾ ਸਾਂਸੀਆਂ ਨੂੰ ਕੀਤਾ ਸੀ, ਲੋਕਾਂ ਦੇ ਘਰਾਂ ਦੀ ਲਈ ਜਾ ਰਹੀ ਹੈ ਤਲਾਸ਼ੀ। G7 ਇਟਲੀ ਦੀ G7 ਦੇ ਦੌਰਾਨ ਇਟਲੀ ਦੀ PM ਮੈਲੇਨੀ ਨੇ PM ਮੋਦੀ ਦੇ ਨਾਲ ਬਣਾਈ ਸੈਲਫੀ ਵੀਡੀਓ, ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ। ਜਾਰਜੀਆ ਮੈਲੋਨੀ ਬੋਲੇ, ਹੈਲੋ ਫਰੋਮ ਮੈਲੋਡੀ ਟੀਮ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਉੱਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ। ਬਦਰੀਨਾਥ ਹਾਈਵੇ 'ਤੇ ਰਤੌਲੀ ਦੇ ਨੇੜੇ ਨਦੀ ਦੇ ਵਿੱਚ ਟੈਂਪੂ ਟਰੈਵਲਰ ਡਿੱਗ ਗਿਆ ਅਤੇ ਹਾਦਸੇ ਦੇ ਵਿੱਚ 8 ਯਾਤਰੀਆਂ ਦੀ ਮੌਤ ਹੋਈ ਹੈ, 9 ਲੋਕ ਜ਼ਖਮੀ ਹੋਏ ਨੇ। ਬੋਟ ਦੇ ਰਾਹੀਂ ਜ਼ਖਮੀਆਂ ਨੂੰ ਰੈਸਕਿਊ ਕੀਤਾ ਗਿਆ ਕਰੀਬ 400 ਮੀਟਰ ਹੇਠਾਂ ਨਦੀ ਦੇ ਵਿੱਚ, ਜੋ ਕਿ ਟੈਂਪੂ ਟਰੈਵਲਰ ਡਿੱਗ ਗਿਆ। CM ਧਾਮੀ ਨੇ ਹਾਦਸੇ 'ਤੇ ਦੁੱਖ ਜਤਾਇਆ। CM ਧਾਮੀ ਨੇ ਹਾਦਸੇ ਦੀ ਜਾਂਚ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ। ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਇਸੇ ਜਗ੍ਹਾ 'ਤੇ ਇਹ ਵੱਡਾ ਸੜਕ ਹਾਦਸਾ ਵਾਪਰਿਆ। ਉੱਤਰਾਖੰਡ ਦੇ ਚਮੋਲੀ ਦੀਆਂ ਦਰਅਸਲ ਤਸਵੀਰਾਂ ਨੇ, ਜਿੱਥੇ ਕਿ ਬਦਰੀਨਾਥ ਹਾਈਵੇ 'ਤੇ ਰੈਤੌਲੀ ਦੇ ਨੇੜੇ ਨਦੀ ਦੇ ਵਿੱਚ ਟੈਂਪੂ ਟਰੈਵਲਰ ਜਾ ਕੇ ਡਿੱਗ ਜਾਂਦਾ। ਉਸ ਤੋਂ ਬਾਅਦ ਟੈਂਪੂ ਟਰੈਵਲਰ ਦੀ ਹਾਲਤ ਕਿਸ ਤਰ੍ਹਾਂ ਦੀ, ਉਹ ਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅਤੇ ਇਸ ਸੜਕ ਹਾਦਸੇ ਦੇ ਵਿੱਚ 8 ਯਾਤਰੀਆਂ ਦੀ ਮੌਤ ਹੋਈ ਹੈ, 9 ਲੋਕ ਜ਼ਖਮੀ ਹੋਏ ਨੇ। ਬੋਟ ਦੇ ਰਾਹੀਂ ਜ਼ਖਮੀਆਂ ਨੂੰ ਰੈਸਕਿਊ ਕੀਤਾ ਗਿਆ ਕਰੀਬ 400 ਮੀਟਰ ਹੇਠਾਂ ਨਦੀ ਦੇ ਵਿੱਚ। ਦਰਅਸਲ ਇਹ ਟੈਂਪੂ ਟਰੈਵਲਰ ਡਿੱਗਿਆ ਅਤੇ ਉਸ ਤੋਂ ਬਾਅਦ 'ਚ ਬੁਰੀ ਤਰ੍ਹਾਂ ਇਹ ਟੈਂਪੂ ਟਰੈਵਲਰ, ਜੋ ਕਿ ਨੁਕਸਾਨਿਆ ਗਿਆ, ਉੱਥੇ ਮੁੱਖ ਮੰਤਰੀ ਧਾਮੀ ਨੇ ਹਾਦਸੇ 'ਤੇ ਦੁੱਖ ਜਤਾਇਆ ਅਤੇ ਹਾਦਸੇ ਦੀ ਜਾਂਚ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ। ਸਿੱਕਮ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਤਬਾਹੀ ਦਾ ਮੰਜ਼ਰ ਨਜ਼ਰ ਆਇਆ। ਬੱਦਲ ਫਟਣ ਦੇ ਨਾਲ ਕਈ ਥਾਵਾਂ 'ਤੇ ਹੜ੍ਹ 'ਤੇ ਲੈਂਡ ਸਲਾਈਡਿੰਗ ਹੋਈ ਹੈ। ਹੜ੍ਹ ਦੇ ਕਾਰਨ ਪਾਣੀ ਦੇ ਵਿੱਚ 10 ਘਰ ਰੁੜ ਗਏ, 6 ਲੋਕਾਂ ਦੀ ਮੌਤ ਹੋਈ ਹੈ। ਹੜ੍ਹ ਦੇ ਕਾਰਨ 3 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਕਈ ਥਾਵਾਂ 'ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸੜਕਾਂ ਰੁੜ ਗਈਆਂ। ਸਿੱਕਮ ਦੇ CM ਪ੍ਰੇਮ ਸਿੰਘ
ਤਾਮੰਗ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਜੋ ਕਿ ਦੌਰਾ ਵੀ ਕਰ ਰਹੇ ਨੇ। ਤੁਹਾਨੂੰ ਅਸੀਂ ਸਿੱਕਮ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਇੱਥੇ ਇੱਕ ਭਾਰੀ ਮੀਂਹ ਤੋਂ ਬਾਅਦ ਤਬਾਹੀ ਦਾ ਮੰਜ਼ਰ ਸਾਫ਼ ਤੌਰ 'ਤੇ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਬੱਦਲ ਫਟਣ ਦੇ ਨਾਲ ਕਈ ਥਾਵਾਂ 'ਤੇ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਲੈਂਡਸਲਾਈਡ ਹੋਈ ਹੈ ਹੜ੍ਹ ਦੇ ਕਾਰਨ, ਪਾਣੀ ਦੇ ਵਿੱਚ ਜਿਹੜੇ ਕਿ 10 ਘਰ ਤੱਕ ਰੁੜ ਗਏ। 6 ਲੋਕਾਂ ਦੀ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ ਮੌਤ ਹੋਈ ਹੈ। ਹੜ੍ਹ ਦੇ ਕਾਰਨ 3 ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਕਈ ਥਾਵਾਂ 'ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸੜਕਾਂ ਤੱਕ ਰੁੜ ਗਈਆਂ। ਉੱਥੇ ਸਿੱਕਮ ਦੇ ਮੁੱਖ ਮੰਤਰੀ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾ ਕਰ ਰਹੇ ਨੇ। ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਵੇਂ ਭਾਰੀ ਮੀਂਹ ਤੋਂ ਬਾਅਦ 'ਚ ਹਰ ਪਾਸੇ ਤਬਾਹੀ ਦਾ ਮੰਜ਼ਰ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਹੈ। ਲੈਂਡ ਸਲਾਈਡਿੰਗ ਤੋਂ ਬਾਅਦ 'ਚ ਕਿਸ ਤਰ੍ਹਾਂ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਵੀ ਵੇਖੀਆਂ ਜਾ ਸਕਦੀਆਂ ਨੇ। ਕੈਥਲ ਦੇ ਵਿੱਚ ਸਿੱਖ ਨੌਜਵਾਨ 'ਤੇ ਹਮਲੇ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਐਚ ਐਸ ਜੀ ਐਮ ਸੀ ਨੇ ਸਿੱਖ ਨੌਜਵਾਨ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਐਚ ਐਸ ਜੀ ਐਮ ਸੀ ਨੇ ਮੁਲਜ਼ਮਾਂ ਦੇ ਖਿਲਾਫ 307 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਕਿਸੇ ਨੂੰ ਵੀ ਖਾਲਿਸਤਾਨੀ ਕਹਿਣਾ ਠੀਕ ਨਹੀਂ ਹੈ। ਉੱਥੇ ਐਚ ਐਸ ਜੀ ਐਮ ਸੀ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਖਾਲਿਸਤਾਨੀ ਕਹਿਣਾ ਠੀਕ ਨਹੀਂ ਹੈ। ਸਿੱਖ ਨੌਜਵਾਨ ਦੇ ਨਾਲ ਜੋ ਹੋਇਆ ਉਹ ਗਲਤ ਹੋਇਆ। ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਧਰਮ ਦੇ ਖਿਲਾਫ ਗਲਤ ਬੋਲਣ ਵਾਲਿਆਂ 'ਤੇ ਕਾਰਵਾਈ ਹੋਵੇ। ਦਰਅਸਲ ਪਿਛਲੇ ਦਿਨਾਂ ਦਾ ਇਹ ਪੂਰਾ ਮਾਮਲਾ ਹੈ ਕਿ ਇੱਕ ਸਿੱਖ ਸ਼ਖਸ ਦੇ ਨਾਲ ਕੈਥਲ ਦੇ ਵਿੱਚ ਖਾਲਿਸਤਾਨੀ ਕਹਿ ਕੇ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਕੱਲ੍ਹ ਹੀ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਇਸ ਦੇ ਵਿਚਾਲੇ ਐਚ ਐਸ ਜੀ ਐਮ ਸੀ ਦੇ ਵੱਲੋਂ ਇਸ ਪੂਰੀ ਘਟਨਾ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ। ਮੈਂ ਸਰਕਾਰ ਨੂੰ ਬੇਨਤੀ ਕਰਨਾ ਇਹੋ ਜਿਹੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜੋ ਕਿਸੇ ਵੀ ਧਰਮ ਦੇ ਖਿਲਾਫ਼ ਬੋਲੇ। ਮੈਂ ਨਹੀਂ ਕਹਿੰਦਾ ਚਾਹੇ ਕੋਈ ਸਿੱਖ ਬੋਲੇ, ਚਾਹੇ ਕੋਈ ਹਿੰਦੂ ਬੋਲੇ, ਚਾਹੇ ਕੋਈ ਮੁਸਲਮਾਨ ਬੋਲੇ, ਚਾਹੇ ਕੋਈ ਈਸਾਈ ਬੋਲੇ, ਕਿਸੇ ਦੇ ਧਰਮ ਦੇ ਵੀ ਕੋਈ ਖਿਲਾਫ਼ ਬੋਲੇ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। 307 ਵਰਗੀਆਂ ਧਾਰਾਂ ਲੱਗਣੀਆਂ ਚਾਹੀਦੀਆਂ ਹਨ। ਦੋਸ਼ੀ ਦੋਵੇਂ ਫੜੇ ਗਏ ਨੇ। ਕੈਂਥਲ ਦੇ ਵਿੱਚ ਮੇਰੀ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਸੀ, ਚੀਫ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਸੀ, ਸੈਣੀ ਸਾਹਿਬ ਨਾਲ ਵੀ, ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਸੀ ਅਸੀਂ ਦੋਸ਼ੀ ਜਲਦੀ ਤੋਂ ਜਲਦੀ ਫੜਾਂਗੇ ਅਤੇ ਉਹਨਾਂ ਦਾ ਅਸੀਂ ਧੰਨਵਾਦ ਕਰਨੇ ਹਾਂ। ਦੋਸ਼ੀ ਉਹਨਾਂ ਨੇ ਫੜ ਲੈਣੇ, ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਨੇ ਹਾਂ, ਸੀ ਐਮ ਸਾਹਿਬ ਦਾ ਧੰਨਵਾਦ ਕਰਨੇ ਹਾਂ ਜਿਨ੍ਹਾਂ ਨੇ ਦੋਸ਼ੀ ਦੋਵੇਂ ਫੜੇ ਗਏ ਨੇ ਉਹ ਸੁਰਾਖਾਂ ਦੇ ਵਿੱਚ ਬੰਦ ਨੇ। ਪਰ ਮੈਂ ਬੇਨਤੀ ਕਰਨਾ ਵਾਂ ਸੀ ਐਮ ਸਾਹਿਬ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ, ਕੈਂਥਲ ਦੇ ਨੂੰ, ਕੈਂਥਲ ਦਾ ਪੁਲਿਸ ਪ੍ਰਸ਼ਾਸਨ ਧਾਰਾ ਬੰਦੀ ਲਾਉਣ ਉੱਤੇ 307 ਜ਼ਰੂਰ ਲਾਉਣ, ਉਹ ਕੁਛ ਦਿਨ ਅੰਦਰ ਰਹਿ ਕੇ ਆਵੇ, ਉਹਨੂੰ ਪਤਾ ਲੱਗੇ ਦੋਸ਼ਾਂ ਦਾ। ਮੈਂ ਸਰਕਾਰ ਨੂੰ ਬੇਨਤੀ ਕਰਨਾ ਇਹੋ। ਰੁੱਖ ਕਰਾਂਗੇ ਅਗਲੀ ਵੱਡੀ ਖਬਰ ਦਾ। ਯੂਐਸਏ ਦੇ ਵਿੱਚ 2 ਪੰਜਾਬੀ ਮਹਿਲਾਵਾਂ 'ਤੇ ਫਾਇਰਿੰਗ ਹੋਈ ਹੈ। ਗੋਲੀ ਲੱਗਣ ਦੇ ਨਾਲ ਇੱਕ ਦੀ ਮੌਤ ਹੋਈ ਹੈ, ਇੱਕ ਗੰਭੀਰ ਜ਼ਖਮੀ ਹੈ। ਜਲੰਧਰ ਦੀਆਂ ਰਹਿਣ ਵਾਲੀਆਂ ਸਨ ਦੋਵੇਂ ਚਚੇਰੀਆਂ ਭੈਣਾਂ। ਮਰਨ ਵਾਲੀ ਮਹਿਲਾ ਦੀ ਪਹਿਚਾਣ 29 ਸਾਲਾ ਜਸਵੀਰ ਕੌਰ ਦੇ ਵਜੋਂ ਹੋਈ ਹੈ। ਮ੍ਰਿਤਕ ਦੀ 20 ਸਾਲਾ ਭੈਣ ਗੰਭੀਰ ਜ਼ਖਮੀ ਹੋਈ ਹੈ, ਜਿਸਦਾ ਕਿ ਇਲਾਜ ਚੱਲ ਰਿਹਾ। ਯੂਐਸ ਪੁਲਿਸ ਨੇ ਮੁਲਜ਼ਮ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ। ਗੋਲੀ ਮਾਰਨ ਵਾਲਾ ਨੌਜਵਾਨ ਵੀ ਪੰਜਾਬ ਦੇ ਨਕੋਦਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵੇਲੇ ਦੀ ਸੀਸੀਟੀਵੀ ਵੀ ਸਾਹਮਣੇ ਹੈ। ਜਦੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਜਦੋਂ ਕਿ ਇਹ ਪੂਰੀ ਗ੍ਰਿਫਤਾਰੀ ਹੁੰਦੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਗੌਰਵ ਮ੍ਰਿਤਕ ਮਹਿਲਾ ਦੀ ਭੈਣ ਦੇ ਨਾਲ ਜਲੰਧਰ ਦੇ ਵਿੱਚ ਟੋਫਲ ਕਰਦਾ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਹਾਲਾਂਕਿ ਗੋਲੀ ਕਿਉਂ ਚਲਾਈ ਗਈ ਇਸ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ। ਇਹ ਵੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਜਸਵੀਰ ਕੌਰ
ਵਿਆਹੀ ਹੋਈ ਸੀ ਜਿਸ ਦਾ ਕਿ ਪਤੀ ਅਮਰੀਕਾ ਦੇ ਵਿੱਚ ਹੀ ਟਰੱਕ ਚਲਾਉਂਦਾ ਹੈ। ਸੋ USA ਦੇ ਵਿੱਚ ਦੋ ਪੰਜਾਬੀ ਮਹਿਲਾਵਾਂ 'ਤੇ ਫਾਇਰਿੰਗ ਹੋਈ ਹੈ। ਪੰਜਾਬੀ ਮਹਿਲਾਵਾਂ ਦੀਆਂ ਤੁਹਾਨੂੰ ਅਸੀਂ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ। ਗੋਲੀ ਲੱਗਣ ਦੇ ਨਾਲ ਇੱਕ ਦੀ ਮੌਤ ਹੋਈ ਹੈ, ਇੱਕ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਦਰਅਸਲ ਜਲੰਧਰ ਦੀਆਂ ਰਹਿਣ ਵਾਲੀਆਂ ਸਨ ਇਹ ਦੋਵੇਂ ਚਚੇਰੀਆਂ ਭੈਣਾਂ। ਮਰਨ ਵਾਲੀ ਮਹਿਲਾ ਦੀ ਪਹਿਚਾਣ 29 ਸਾਲਾ ਜਸਵੀਰ ਕੌਰ ਦੇ ਵਜੋਂ ਹੋਈ ਹੈ। ਮ੍ਰਿਤਕ ਦੀ 20 ਸਾਲਾ ਭੈਣ ਗੰਭੀਰ ਜ਼ਖਮੀ ਹੋਈ ਹੈ, ਜਿਸਦਾ ਕਿ ਇਲਾਜ ਚੱਲ ਰਿਹਾ। ਉਧਰ ਮ੍ਰਿਤਕ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁਲਜ਼ਮ ਬਾਰੇ ਕੁਝ ਵੀ ਨਹੀਂ ਪਤਾ। ਕੋਈ ਗੱਲ ਨਹੀਂ ਹੋਈ ਸਾਡੀ ਉਹਦੇ ਨਾਲ। ਅੱਛਾ, ਜਿਹੜਾ ਇਹ ਯੂਨੀਵਰਸਿਟੀ ਹਾਦਸਾ ਹੋਇਆ, ਤੁਸੀਂ ਛੋਟੇ ਵਾਲੀ ਦੀ ਗਗਨ ਦੇ ਮਾਤਾ? ਹਾਂਜੀ। ਤੁਹਾਡਾ ਨਾਮ? ਸੁਰਜੀਤ ਕੌਰ। ਤੇ ਇਹ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਭ ਕੁਝ ਹੋਇਆ ਤੁਹਾਡੇ ਨਾਲ? ਸਾਨੂੰ ਬੁੱਧਵਾਰ ਦੀ ਰਾਤ ਨੂੰ ਪਤਾ ਲੱਗਾ ਤਾਂ ਉਧਰੋਂ ਪ੍ਰਾਹੁਣੇ ਵੀ ਫੋਨ ਕੀਤਾ ਸਾਨੂੰ ਕਿੱਦਾਂ ਦਾ ਹੋ ਗਿਆ। ਅੱਛਾ, ਖਬਰਾਂ ਦੇ ਮੁਤਾਬਕ ਇਹ ਦੱਸਦੇ ਵੀ ਕਹਿੰਦੇ ਵੀ ਤੁਸੀਂ ਤੁਹਾਡੇ ਹਸਬੰਡ ਨੂੰ ਕੁਝ ਗੱਲ ਕਰਦੇ ਹੋ, ਕਹਿੰਦੇ ਉਹ ਆਪ ਵੀ ਘਰ ਨਹੀਂ ਸੁਣਦਾ। ਉਹ ਘਰ ਨਹੀਂ, ਉਹ ਟਰੱਕ ਤੇ ਗਿਆ ਸੀ ਕੈਲੀਫੋਰਨੀਆ ਲੈ ਕੇ। ਤੇ ਉਹਨੂੰ ਕਿਵੇਂ ਪਤਾ ਲੱਗਾ ਵੀ ਪਿੱਛੇ ਕੀ ਹੋ ਗਿਆ? ਜਿੱਥੇ ਕਿਰਾਏ ਤੇ ਰਹਿੰਦੀਆਂ ਜਿੱਦਾਂ, ਉਧਰੋਂ ਪਤਾ ਲੱਗਾ ਉਹਨੂੰ। ਕੋਈ ਕੋਈ ਪਹਿਲਾਂ ਜਾਣਦੇ ਸੀ ਗੌਰਵ ਗਿੱਲ ਜਿਹਨੇ ਗੋਲੀਆਂ ਚਲਾਈਆਂ ਜਾਂ ਕੋਈ ਜਿਹਨੂੰ ਖਬਰ ਆ ਰਹੀਆਂ? ਅਜੇ ਸਾਨੂੰ ਕੁਛ ਨਹੀਂ ਇਹਦੇ ਬਾਰੇ ਪਤਾ। ਜਾ ਸਕਦੇ ਉਹਦੇ ਕੋਲ, ਤੁਹਾਨੂੰ ਪਤਾ ਹੀ ਆ। ਅਸੀਂ ਇਹ ਮੰਗ ਕਰਦੇ ਸਾਡੀ ਉਹਨਾਂ ਵੀ ਗੱਲਬਾਤ ਕਰਾਈ ਜਾਵੇ, ਸਾਨੂੰ ਪਤਾ ਲੱਗੋ ਕਿਹੜੇ ਹਾਲਾਤਾਂ ਵਿੱਚ ਆ। ਸਾਡੀ ਬੇਟੀ ਤਾਂ 2 ਜਨਵਰੀ ਨੂੰ ਇਸ ਸਾਲ 'ਚ ਗਈ ਆ। ਹਾਂਜੀ, ਇਹ ਪਹਿਲਾਂ ਗਈ ਜਿੱਦਾਂ 18 ਸਾਲ ਵਿੱਚ। ਹਾਂਜੀ, ਵਿਆਹੀ ਹੋਈ ਸੀਗੀ ਉਹਦੀ, ਪਿਛਲੇ ਸਾਲ ਹੋਈ ਜਨਵਰੀ ਵਿੱਚ 2023 ਦੇ ਵਿੱਚ 4 ਜਨਵਰੀ ਦੀ ਮੈਰਿਜ ਸੀ। ਅੱਛਾ, ਗਦਰ ਨਹੀਂ ਕਦੀ ਦੱਸਿਆ ਵੀ ਕੋਈ ਉਹਦਾ ਪਿੱਛਾ ਕਰਦਾ ਜਾਂ ਕੋਈ? ਨਹੀਂ ਨਹੀਂ ਭਾਜੀ, ਕੁਛ ਨਹੀਂ ਸਾਨੂੰ ਉਹਨੇ ਦੱਸਿਆ। ਇਹ ਇੱਕਦਮ ਘਾਣਾ ਵਾਪਰਿਆ? ਹਾਂਜੀ ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ ਇਸ ਬਾਰੇ ਜਾਂ ਦੱਸਿਆ ਕਿਵੇਂ ਗੱਲ ਹੋਈ, ਕਿਵੇਂ ਪਤਾ ਲੱਗਾ ਵੀ ਐਗਜ਼ੈਕਟਲੀ ਦੱਸਿਆ ਉਹਨਾਂ ਕੀ ਹੋਇਆ ਕੀ? ਸਾਨੂੰ ਕੁਛ ਨਹੀਂ ਪਤਾ ਤੁਹਾਨੂੰ। ਡਲਹੌਜ਼ੀ ਦੇ ਵਿੱਚ NRI ਜੋੜੇ ਦੀ ਕੁੱਟਮਾਰ ਮਾਮਲੇ ਦੇ ਵਿੱਚ ਕੰਗਣਾ ਵਾਲਾ ਐਂਗਲ ਨਜ਼ਰ ਆਇਆ ਹੈ। ਕੁੱਟਮਾਰ ਦੇ ਵਿੱਚ ਜ਼ਖਮੀ NRI ਦਾ ਇਲਜ਼ਾਮ ਹੈ ਕਿ ਕੰਗਣਾ ਥੱਪੜ ਕਾਂਡ ਕਰਕੇ ਇਹ ਹਮਲਾ ਹੋਇਆ। ਪੰਜਾਬੀ NRI ਅਤੇ ਉਸਦੀ ਸਪੈਨਿਸ਼ ਪਤਨੀ 'ਤੇ ਹਮਲਾ ਕੀਤਾ ਗਿਆ ਸੀ। ਸਥਾਨਕ ਲੋਕਾਂ ਨੇ ਹਮਲਾ ਕਰਕੇ NRI ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦਸਲੇ ਪੂਰਾ ਵਿਵਾਦ ਹੋਇਆ ਸੀ। ਆਪਣੀ ਸਪੈਨਿਸ਼ ਪਤਨੀ ਦੇ ਨਾਲ ਪੰਜਾਬੀ NRI ਜੋ ਕਿ ਘੁੰਮਣ ਗਿਆ ਸੀ। ਪੀੜਤ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਵੀ ਸਾਥ ਨਹੀਂ ਦਿੱਤਾ। ਹਿਮਾਚਲ ਦੇ ਡਲਹੌਜ਼ੀ ਦੇ ਨੇੜੇ ਖਜਿਆਰ ਦੀ ਦਰਅਸਲ ਇਹ ਪੂਰੀ ਘਟਨਾ। ਪੀੜਤ ਦਾ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਅੰਮ੍ਰਿਤਸਰ ਤੋਂ ਚੁਣੇ ਗਏ ਸਾਂਸਦ ਗੁਰਜੀਤ ਔਜਲਾ ਨੇ NRI ਜੋੜੇ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ। ਸਿਆਸਤਦਾਨਾਂ ਦੇ ਬਿਆਨਾਂ ਦੇ ਨਾਲ ਆਮ ਲੋਕਾਂ ਨੂੰ ਫਰਕ ਪੈਂਦਾ ਹੈ।
ਕਵਲਜੀਤ ਸਿੰਘ ਹੋਰਾਂ ਤੋਂ ਹੀ ਜਾਣਦੇ ਹਾਂ ਕਿਉਂਕਿ ਉਹ ਸਭ ਤੋਂ ਬਿਹਤਰ ਦੱਸ ਸਕਦੇ ਨੇ। ਕਵਲਜੀਤ ਜੀ, ਆਖਿਰਕਾਰ ਹੋਇਆ ਕੀ, ਕਿਉਂਕਿ ਹੁਣ ਇਸ ਪੂਰੇ ਮਾਮਲੇ ਨੂੰ ਕੰਗਨਾ ਰਣੌਤ ਦੇ ਜਿਹੜੇ ਬਿਆਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਜੀ? ਸਾਨੂੰ ਤਾਂ ਇਸ ਗੱਲ ਬਾਰੇ ਪਤਾ ਨਹੀਂ ਲੱਗਾ ਕਿ ਹੋਇਆ ਕੀ ਆ। ਅਸੀਂ ਤਾਂ ਘੁੰਮਣ ਗਏ ਸੀ ਅਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ 100 ਤੋਂ ਵੱਧ ਬੰਦਾ ਸਾਡੇ 'ਤੇ ਅਟੈਕ ਕਰ ਦਿੰਦਾ ਆ। ਗੱਲ ਕੋਈ ਕਿਸੇ ਨਾਲ ਸਾਡੀ ਕੋਈ ਉੱਥੇ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ, ਨਾ ਸਾਡਾ ਕੋਈ ਗੁੱਸਾ ਗਿਲਾ ਸੀ। ਸਿਰਫ ਉਹਨਾਂ ਨੇ ਸਿਰਫ ਸਾਨੂੰ ਪੰਜਾਬੀ ਹੋਣ ਕਰਕੇ ਹੀ ਸਾਡੇ 'ਤੇ ਅਟੈਕ ਕਰ ਦਿੱਤਾ ਆ ਅਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਭਾਸ਼ਾ ਤੋਂ ਪਤਾ ਲੱਗ ਜਾਂਦਾ ਕਿ ਉੱਥੋਂ ਦੇ ਸਥਾਨਕ ਲੋਕ ਸੀ। ਬਿਲਕੁਲ, ਉੱਥੋਂ ਦੇ ਸਥਾਨਕ ਲੋਕ, ਅਸੀਂ ਮੇਰਾ ਬ੍ਰਦਰ ਜਿਹੜਾ ਇਹ ਪੰਜਾਬੀ 'ਚ ਗੱਲ ਕਰ ਰਿਹਾ ਸੀ ਅਤੇ ਬਸ ਇਸੇ ਚੀਜ਼ ਨੂੰ ਲੈ ਕੇ ਹੀ ਉਹਨਾਂ ਨੇ ਜਿਹੜਾ ਵਾ ਉਹ। ਤੁਸੀਂ ਤਿੰਨੇ ਲੋਕ ਉੱਥੇ ਉਸ ਵੇਲੇ ਮੌਜੂਦ? ਅਸੀਂ ਤਿੰਨ ਹੀ ਜਾਣੇ ਹਾਂ। ਕੋਈ ਅਸੀਂ ਕਿਸੇ ਨੂੰ ਵੱਧ ਘੱਟ ਗੱਲ ਨਹੀਂ ਕੀਤੀ, ਨਾ ਕਿਸੇ ਨਾਲ ਕੋਈ ਅਸੀਂ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ। ਸਿਰਫ ਉਹਨਾਂ ਬੰਦਿਆਂ ਨੇ ਪਤਾ ਨਹੀਂ ਕਿਹੜਾ ਗੁੱਸਾ ਸਾਡੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਪੰਜਾਬੀ ਹੋਣ ਕਰਕੇ ਤੁਹਾਨੂੰ ਟਾਰਗੇਟ ਕੀਤਾ? ਬਿਲਕੁਲ ਜੀ, ਅਸੀਂ ਤਾਂ ਇਹੀ ਕਹਿੰਦੇ ਕਿ ਪੰਜਾਬੀ, ਕੋਈ ਵੀ ਪੰਜਾਬੀ ਜਿਹੜਾ ਵਾ ਉਹ ਇਸ ਟਾਈਮ ਜਿਹੜਾ ਵਾ ਹਿਮਾਚਲ ਵੱਲ ਨੂੰ ਰੁੱਖ ਨਾ ਕਰੇ, ਕਿਉਂਕਿ ਉੱਥੋਂ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਜਿਹੜੀ ਆ ਉਹ ਹੋ ਗਈ ਆ। ਬਿਲਕੁਲ, ਮੈਂ ਗੱਲਬਾਤ ਜਾਰੀ ਰੱਖੂੰਗਾ, ਪਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੂਰੇ ਹਿਮਾਚਲ ਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ, ਪਰ ਜਿਸ ਤਰ੍ਹਾਂ ਜਿਹੜਾ ਸ਼ਖਸ ਉਸ ਕੁੱਟਮਾਰ ਦਾ ਸ਼ਿਕਾਰ ਹੋਇਆ ਉਹ ਜ਼ਰੂਰ ਉਸ ਉੱਥੇ ਜਾਣ ਤੋਂ ਤੌਬਾ ਵੀ ਕਰਦਾ ਨਜ਼ਰ ਆ ਰਿਹਾ ਅਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਉਸ ਵੇਲੇ ਨਾਲ ਸੀ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਤੁਸੀਂ ਦੱਸੋ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ 100-150 ਬੰਦਾ ਸੀ, ਆਖਿਰਕਾਰ ਕੀ ਐਸੀ ਗੱਲ ਹੋਈ ਕਿ ਤੇਰਾ ਤੁਹਾਨੂੰ ਹੀ ਟਾਰਗੇਟ ਕੀਤਾ ਗਿਆ? 5 ਦਿਨ ਪਹਿਲਾਂ ਅਸੀਂ ਨਾ ਇਹ ਰੋਟੀ ਖਾਣ ਵਾਸਤੇ ਗਏ ਹਵੇਲੀ ਅਤੇ ਜਲੰਧਰ, ਅਤੇ ਇਹ ਕਹਿੰਦੇ ਕਿ ਉਸੇ ਟਾਈਮ ਹੀ ਕਿ ਡਲਹੌਜ਼ੀ ਜਾਣਾ ਆ, ਇੱਥੋਂ ਕਿੰਨੇ ਕਿਲੋਮੀਟਰ? ਮੈਂ ਚਲੇ ਜਾਂਦੇ ਹਾਂ। ਅਸੀਂ ਡਲਹੌਜ਼ੀ ਵਾਸਤੇ ਨਿਕਲੇ ਹਾਂ ਰਾਤ 10 ਵਜੇ ਰੋਟੀ ਖਾ ਕੇ, ਅਤੇ 2 ਵਜੇ ਅਸੀਂ ਡਲਹੌਜ਼ੀ ਪਹੁੰਚਦੇ ਹਾਂ ਰਾਤ ਨੂੰ। ਉੱਥੇ ਜਾ ਕੇ ਅਸੀਂ ਪੈਰਾਡਾਈਜ਼ ਹੋਟਲ ਦੇ ਵਿੱਚ ਰੂਮ ਲਿਆ, ਉਸ ਤੋਂ ਬਾਅਦ ਰੂਮ ਲਿਆ, ਸਵੇਰੇ ਅਸੀਂ ਉੱਠੇ ਹਾਂ 9 ਵਜੇ ਨਾ, ਅਤੇ ਇਹ ਕਹਿੰਦੇ ਗਾੜੀ ਜਾਣਾ ਵਾ ਚੰਬਾ ਖਜਾਰ ਸਾਰਾ ਦੇਖਣਾ, ਕਿਉਂਕਿ ਇਹ ਵਿਚਾਰੀ ਘੁੰਮਣ ਵਾਸਤੇ ਜਿਹੜੇ ਬਹੁਤ ਸ਼ੌਕੀਨ ਹੈਗੀ, ਨਾਲੇ ਇਹਨਾਂ ਪੜ੍ਹਿਆ ਹੈ। ਅਤੇ ਅਸੀਂ ਚੱਲ ਗਏ ਹਾਂ ਹਿਮਾਚਲ, ਹਿਮਾਚਲ ਜਾ ਕੇ ਉੱਥੇ ਖਜਾਰ ਉਤਰੇ ਹਾਂ, ਇੱਕ ਟੋਪੀ ਪਾਈ ਸੀ ਬੰਦੇ ਨੇ, ਹਿੰਦੂ ਸੀ ਅਤੇ ਐਡੇ ਕੁ ਕੱਦ ਦਾ ਸੀ, ਕੋਈ ਮਾੜੀ ਉੱਨੀ, ਮੈਂ ਉਹਨੂੰ ਕੁਛ ਵੀ ਨਹੀਂ ਕਿਹਾ। ਇੱਕ ਦੋ ਮੁੰਡੇ ਮੇਰੇ ਯਾਰ ਦੋਸਤ ਪੁਰਾਣੇ। ਤੁਸੀਂ ਪੱਗ ਬੰਨ੍ਹੀ ਹੋਈ ਸੀ ਜਾਂ ਕਿੱਦਾਂ? ਨਹੀਂ, ਮੈਂ ਪਰਨਾ ਥੋੜ੍ਹਾ ਲਵੇਟਿਆ ਸੀ ਆਪਣਾ, ਇਹ ਵੀ ਪਰਨਾ ਬੰਨ੍ਹਿਆ ਸੀ ਅਸੀਂ ਪੱਗਾਂ ਜਿੱਦਾਂ ਹੁੰਦੀਆਂ ਨੇ ਮੜਾਸੇ ਵਾਲੇ ਸੀ। ਉਹਨਾਂ ਨੇ ਜਦੋਂ ਵੇਖਿਆ ਅਤੇ ਮੈਂ ਉਹਨੇ ਮੈਨੂੰ ਕਿਹਾ ਓਏ ਮੈਂ ਤੇਰੇ ਚਪੇੜ ਮਾਰਾਂਗਾ ਮੂੰਹ 'ਤੇ, ਜਿਹੜੀ ਸ਼ੁਰੂ ਗੱਲ ਹੋਈ ਕੋਈ ਬਿਨਾਂ ਕਿਸੇ ਗੱਲ ਤੋਂ, ਕੋਈ ਮਾੜਾ ਮੋਟਾ ਮਜ਼ਾਕ ਮੈਂ ਆਪਣੇ ਦੋਸਤਾਂ ਨਾਲ, ਸਾਡੀ ਆਦਤ ਹੈ ਕਰਨ ਦੀ, ਅਤੇ ਇਹੋ ਗੱਲ ਹੋਈ। ਪੰਜਾਬੀਆਂ ਦਾ ਸੁਭਾਅ ਆ ਕਿ ਮਜ਼ਾਕ, ਅਤੇ ਮੈਂ ਉਹਨੂੰ ਕੋਈ ਉਸ ਬੰਦੇ ਨੂੰ ਤਾਂ ਮੈਂ ਕੋਈ ਗੱਲ ਵੀ ਨਹੀਂ ਕਹੀ। ਉਹਨੇ ਕਿਹਾ ਮੈਂ ਇੱਥੋਂ ਦਾ ਪ੍ਰਧਾਨ ਆ, ਐਡਾ ਕੁ ਛੋਟੇ ਜਿਹੇ ਕਰ, ਮੈਂ ਸਾਰੇ ਬੰਦਿਆਂ ਨੂੰ ਜਾਣਦਾ ਆ। ਚਲੋ ਇਹ ਗੱਲ ਹੋਈ ਅਤੇ ਇਹ ਬ੍ਰਦਰ ਮੇਰਾ ਕਹਿੰਦਾ ਵੀ ਚੱਲ ਪੁੱਛਦੇ ਇਹਨੂੰ ਵੀ ਇੱਡੀ ਰਬਿਸ਼ ਲੈਂਗੁਏਜ ਵਾਈ ਯੂਜ਼। ਅਸੀਂ ਉੱਥੇ ਗਏ ਹਾਂ, ਇਹ ਵੀ ਸਾਡੇ ਨਾਲ ਹੀ, ਅਸੀਂ ਉਹਨੂੰ ਇੰਨਾ ਹੀ ਪੁੱਛਿਆ ਵੀ ਵੀਰ ਜੀ ਤੁਸੀਂ ਇਹ ਲੈਂਗੁਏਜ ਕਿਉਂ ਯੂਜ਼ ਕਰਨ ਦੇ, ਉੱਦਾਂ ਨੋਰਮਲ ਗੱਲ ਕਰੋ। ਉਹਨੇ ਕਿਹਾ ਇੱਧਰ ਆਓ, ਤੁਹਾਡੀ ਐਸੀ ਕੀ ਤੈਸੀ? ਇਹੋ ਹੀ ਗੱਲ ਹੋਈ ਆ। ਅਤੇ ਮੁੜ ਕੇ ਉਹਨੇ ਫੋਨ ਕੀਤਾ, ਪਹਿਲਾਂ 20 ਬੰਦੇ ਆਏ ਆ ਅਤੇ ਅਸੀਂ ਜਵਾਨ ਹਾਂ, 20 ਉਹ ਛੋਟੇ ਛੋਟੇ ਕੱਦ ਦੇ ਪਹਾੜੀਏ, 20 ਬੰਦਿਆਂ ਨਾਲ ਅਸੀਂ ਘੁਲੇ ਹਾਂ। ਉਹਨਾਂ ਨੇ ਇੱਦਾਂ ਸਾਨੂੰ ਫੜਨ ਕੇ ਸੁੱਟਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਕੋਲ ਦਾ ਨਹੀਂ ਆਏ 20 ਕੋਲ। ਕੋਈ ਲਾਠੀਆਂ ਡੰਡਿਆਂ ਨਾਲ ਹਮਲਾ ਕੀਤਾ ਗਿਆ? ਉਹ ਬਾਅਦ ਦੇ ਵਿੱਚ ਉਹਨੇ ਫੋਨ ਕੀਤਾ ਜਦੋਂ ਉਹ ਸਾਰੀਆਂ ਦੁਕਾਨਾਂ ਵਾਲੇ ਜਿਹੜੇ ਆ, ਕੋਈ ਖੁਰਪਾ ਲੈ ਕੇ ਆ ਗਿਆ, ਕੋਈ ਡੰਡਾ ਲੈ ਕੇ ਆ ਗਿਆ, ਅਤੇ ਉਹਨਾਂ ਨੇ ਜਿਹੜਾ ਵਾ ਮੇਰੇ ਬ੍ਰਦਰ ਦੇ ਸਿਰ ਦੇ ਵਿੱਚ ਰਾੜ ਮਾਰੀ ਆ,
ਤਿੰਨ ਦਿਨ ਕੋਮਾ ਦੇ ਵਿੱਚ ਰਹੇ, ਨਾ ਬੋਲੇ, ਨਾ ਖਾਧਾ, ਨਾ ਪੀਤਾ, ਬੇਹੋਸ਼ੀ। ਲੋਕਲ ਪੁਲਿਸ ਨੂੰ ਤੁਸੀਂ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼? ਕੋਲ ਗਏ ਆ ਪੁਲਿਸ ਵਾਲੇ, ਇੱਕ ਵਿਚਾਰਾ ਚੰਗਾ ਉਹਨੇ ਸਾਡੀ ਜਾਨ ਬਚਾਤੀ, ਨਹੀਂ ਤੇ ਉਹ ਨਾ ਹੁੰਦਾ ਤੇ ਸਾਡੀਆਂ ਲਾਸ਼ਾਂ ਵੀ ਨਹੀਂ ਲੱਭਣੀਆਂ। ਦੇਖੋ ਮੈਂ ਉਹਨਾਂ ਨੂੰ ਮਿਲਿਆ ਹੁਣੇ, ਆਪਣੇ ਪਰਿਵਾਰ ਨੇ, ਔਰ ਉਹ ਤਿੰਨੋਂ ਜਣੇ, ਦੋ ਜੈਂਟਸ ਸੀ, ਇੱਕ ਦੀ ਦੋਵੇਂ ਭਰਾ ਤੇ ਇੱਕ ਉਹਨਾਂ ਦੀ, ਇੱਕ ਦੀ ਵਾਈਫ ਸੀ ਜਿਹੜੀ ਕਿ ਬਾਹਰਲੇ ਮੂਲ ਦੀ ਵਸਨੀਕ ਹੈ, ਔਰ ਉਹ ਘੁੰਮਣ ਫਿਰਨ ਲਈ ਗਏ। ਆਮ ਹੀ ਜਾਂਦੇ ਨੇ ਸਾਡੇ ਡਲਹੌਜ਼ੀ ਔਰ ਪਹਾੜੀਆਂ 'ਚ, ਇਸ ਵੇਲੇ ਗਰਮੀ ਹੋਈ ਹੈ ਥੱਲੇ, ਤੇ ਸਾਰੇ ਉੱਧਰ ਨੂੰ ਜਾਂਦੇ ਨੇ ਪੰਜਾਬ ਦੇ ਤਕਰੀਬਨ ਲੋਕ, ਔਰ ਉੱਥੇ ਕੁਛ ਸ਼ਰਾਰਤੀ ਲੋਕਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ, ਔਰ ਇਹਨਾਂ ਨੂੰ ਮਾੜਾ ਚੰਗਾ ਬੋਲਿਆ, ਔਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਗਣਾ ਦਾ ਨਾਂ ਲੈ ਕੇ ਕਿਹਾ ਵੀ ਆਹ ਉਹਨਾਂ ਨਾਲ ਕੀਤਾ ਤਾਂ ਅਸੀਂ ਤੁਹਾਡੇ ਨਾਲ ਕੀਤਾ, ਜੋ ਕਿ ਬਹੁਤ ਮੰਦਭਾਗੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਮੈਂ ਮੁੱਖ ਮੰਤਰੀ ਹਿਮਾਚਲ ਤੋਂ ਮੰਗ ਕਰਦਾ ਕਿ ਇਮੀਜੀਏਟਲੀ, ਮੈਂ ਕੋਸ਼ਿਸ਼ ਵੀ ਕਰ ਰਿਹਾ ਉਹਨਾਂ ਨਾਲ ਗੱਲ ਕਰਨ ਦੀ, ਅਜੇ ਤੱਕ ਹੋਈ ਨਹੀਂ ਮੇਰੀ, ਅਤੇ ਮੈਂ ਉਹਨਾਂ ਨਾਲ ਇਮੀਜੀਏਟਲੀ ਗੱਲ ਕਰਕੇ ਅਤੇ ਉਹਨਾਂ 'ਤੇ ਐਕਸ਼ਨ ਲੈਣ ਔਰ ਪਰਚਾ ਦਰਜ ਕਰਕੇ ਉਹਨਾਂ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤੁਸੀਂ ਕਿਹਾ ਕਿ ਇਹਨਾਂ ਦਿਨਾਂ 'ਚ ਅਮੂਮਨ ਬਹੁਤ ਵੱਡੀ ਤਾਦਾਦ 'ਚ ਪੰਜਾਬੀ ਉੱਥੇ ਜਾਂਦੇ ਆ, ਪਰ ਜਿਸ ਤਰ੍ਹਾਂ ਦੀ ਇਹ ਸ਼ੁਰੂਆਤ ਹੋਈ ਹੈ, ਲੱਗਦਾ ਕਿ ਆਉਣ ਵਾਲੇ ਸਮੇਂ 'ਚ ਦੁਬਾਰਾ ਐਸੀ ਘਟਨਾ ਨਾ ਵਾਪਰੇ, ਉਸ ਰੋਕ ਲਗਾ? ਮਾੜੇ ਬੰਦੇ ਹਰ ਜਗ੍ਹਾ ਹੀ ਹੁੰਦੇ ਨੇ, ਉੱਥੇ ਵੀ ਮਾੜੇ ਬੰਦੇ ਹੈਗੇ ਨੇ, ਉੱਥੇ ਵੀ ਮਾੜੇ ਬੰਦੇ ਜਿਹੜੇ ਇਹੋ ਜਿਹੀ ਹਰਕਤ ਕੀਤੀ ਹੈ, ਕਿਉਂਕਿ ਪੰਜਾਬੀ ਤਾਂ ਬਹੁਤ ਜਾ ਰਿਹਾ, ਜੇ ਅੱਜ ਨਹੀਂ ਜਾ ਰਹੇ, ਅੱਜ ਉਹਨਾਂ ਦੀ ਗਰਮੀ ਉਹਨਾਂ ਦੀ ਜਾ ਰਹੀ, ਪਰ ਇਹੋ ਜਿਹੀ ਘਟਨਾ ਹੋਈ ਨਹੀਂ ਸੀ, ਇਹ ਪਹਿਲੀ ਘਟਨਾ ਜਿਹੜੀ ਹੈ ਵਾਪਰੀ ਹੈ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਅਸੀਂ ਕਿਸੇ ਕੋਈ ਵੀ ਘਟਨਾ ਵਾਪਰਦੀ ਹੈ, ਸਾਨੂੰ ਸੈਕੂਲਰ ਹੋ ਕੇ ਸੋਚਣਾ ਚਾਹੀਦਾ। ਜਦੋਂ ਕਿਸੇ ਵਰਗਾਂ ਦੀ ਰਾਜਨੀਤੀ ਕਰਾਂਗੇ, ਧਰਮਾਂ ਦੀ ਰਾਜਨੀਤੀ ਕਰਾਂਗੇ, ਫਿਰ ਅਜਿਹੀਆਂ ਘਟਨਾਵਾਂ ਨੂੰ ਜਿਹੜੇ ਕੁਛ ਮਾੜੇ ਲੋਕ ਨੇ, ਜਿਹੜੇ ਮਾੜੇ ਤੰਤਰ ਨੇ, ਉਹ ਅੰਜਾਮ ਦਿੰਦੇ ਨੇ। ਇਹ ਵੀ ਸਮਝੋ ਕਿ ਸਿਆਸਤਦਾਨਾਂ ਨੂੰ ਵੀ ਸੋਚ ਸਮਝ ਕੇ ਕੋਈ ਟਵੀਟ? ਦੇਖੋ ਸਿਆਸਤਦਾਨਾਂ ਨੂੰ ਬਿਲਕੁਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ, ਸਮਾਜ ਤੇ ਬਹੁਤ ਬੁਰਾ ਅਸਰ। ਬਿਲਕੁਲ, ਕੰਗਣਾ ਨੇ ਜੇ ਉਹਦੇ ਨਾਲ ਵਾਪਰੀ ਸੀ, ਚਲੋ ਉਹ ਇੱਕ ਉਹਦਾ ਫਰਸਟ੍ਰੇਸ਼ਨ ਸੀ, ਉਹਦੀ ਮਦਰ ਬੈਠੀ ਸੀ, ਉਹ ਮਾੜੀ ਚੰਗੀ ਉਹਦੇ ਗੱਲ 'ਚ ਆਈ। ਇਹੋ ਜਿਹੀਆਂ ਘਟਨਾਵਾਂ ਬੜੇ ਦੇਸ਼ 'ਚ ਬੜੇ ਮੁੱਖ ਮੰਤਰੀ ਲੈਵਲ ਦੇ ਬੰਦਿਆਂ ਨਾਲ ਵੀ ਵਾਪਰੀਆਂ ਨੇ, ਕੇਜਰੀਵਾਲ ਸਾਹਿਬ ਨਾਲ ਵਾਪਰੀ ਸੀ, ਫਿਰ ਸ਼ਰਦ ਪਵਾਰ ਜੀ ਨਾਲ ਵਾਪਰੀ ਸੀ, ਕਿੰਨੀਆਂ ਘਟਨਾਵਾਂ ਨੇ, ਬਾਦਲ ਸਾਹਿਬ 'ਤੇ ਵੀ ਇੱਕ ਵਾਰੀ ਜੁੱਤੀ ਸੁੱਟਤੀ ਸੀ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਕਿਸੇ ਵਰਗ ਨਾਲ ਸਾਰਾ ਵਰਗ ਹੀ ਮਾੜਾ ਹੋ ਜਾਂਦਾ। ਸੋ ਉਹਨੇ ਜਦੋਂ ਬਿਆਨ ਦਿੱਤਾ, ਇੱਧਰੋਂ ਵੀ ਰਿਐਕਸ਼ਨ ਹੋਇਆ, ਉਦੋਂ ਵੀ ਮੈਂ ਕਹਿੰਦਾ ਸੀਗਾ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਕਿਸੇ ਗੱਲ ਦੀ, ਉਹ ਮਾੜੀ ਹੁੰਦੀ ਹੈ, ਉਹ ਮਾੜੇ ਤੰਤਰ ਨੂੰ ਆਪਾਂ ਮਤਲਬ ਚੜਾਉਂਦੇ ਹਾਂ, ਅਤੇ ਉਹ ਫਿਰ ਇਹੋ ਜਿਹੀਆਂ ਘਟਨਾ ਦਾ ਕਿਤੇ ਨਾ ਕਿਤੇ ਇਲਜ਼ਾਮ ਨਿਕਲਦਾ। ਸੋ ਮੈਂ ਉਹੀ ਗੱਲ ਕਹਿਣ ਲੱਗਾ, ਉੱਥੇ ਉਹਦਾ ਹੀ ਅਸਰ ਜਿਹੜਾ ਵਾ, ਮੁੜ ਕੇ ਉੱਥੇ ਰਿਐਕਸ਼ਨ ਹੁੰਦਾ, ਮਾੜੇ ਬੰਦੇ ਉੱਥੇ ਇਕੱਠੇ ਹੋਣਗੇ, ਕਿਉਂਕਿ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ। ਹਿਮਾਚਲ 'ਚ ਬਹੁਤ ਲੋਕ ਜਾ ਰਹੇ ਨੇ, ਔਰ ਬਹੁਤ ਲੋਕ ਉੱਥੇ ਮਤਲਬ ਅੱਜ ਵੀ ਛੁੱਟੀਆਂ ਕੱਟ ਰਹੇ ਨੇ, ਅੱਜ ਵੀ ਲੋਕ ਉੱਥੇ ਨੇ, ਪਰ ਮੈਂ ਸਾਰਿਆਂ ਨੂੰ ਕਹੂੰ ਇਹਨੂੰ ਮੀਡੀਆ ਰਾਹੀਂ ਇਹਦੇ ਨਾਲ ਇੰਨਾ ਜੋੜ ਕੇ ਨਾ ਵੇਖਿਆ ਜਾਵੇ, ਇਹ 'ਤੇ ਸਖ਼ਤ ਐਕਸ਼ਨ ਲਿਆ ਜਾਵੇ। ਮੈਂ ਕੰਗਣਾ ਰਣੌਤ ਨੂੰ ਵੀ ਕਹੂੰਗਾ, ਉਹ ਮੈਂਬਰ ਪਾਰਲੀਮੈਂਟ ਨੇ ਹੁਣ, ਉਹ ਸਟਾਰ ਨਹੀਂ ਗਏ, ਉਹ ਅੱਗੇ ਆ ਕੇ ਸਗੋਂ ਇਹਦੀ ਕਾਰਵਾਈ ਕਰਾਉਣ, ਤਾਂ ਕਿ ਸਾਡੀਆਂ ਸਾਂਝਾਂ ਵਧਣ, ਸਾਡੀਆਂ ਘਟਣ ਨਾ। ਇਹਨਾਂ 'ਚ ਨਫ਼ਰਤ ਵਾਲੀ ਗੱਲ ਕੋਈ ਨਹੀਂ ਗੀ, ਇਹਦੇ 'ਚ ਪੋਲੀਟੀਕਲ ਬੰਦੇ ਨੂੰ ਇੱਕ ਪੁੱਲ ਦਾ, ਬ੍ਰਿਜ ਦਾ ਰੋਲ ਅਦਾ ਕਰਨਾ ਚਾਹੀਦਾ। ਹਿਮਾਚਲ ਪੁਲਿਸ ਨੂੰ ਪੂਰੀ ਜਾਂਚ ਕਰਕੇ ਇਸ ਮਾਮਲੇ ਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਆਖਿਰਕਾਰ ਵਜ੍ਹਾ ਕੀ ਰਹੀ। ਦੇਖੋ ਉੱਥੇ ਜੇ ਉਹਨਾਂ ਸੱਟਾਂ ਲੱਗੀਆਂ ਨੇ, ਸੱਟਾਂ ਦਾ ਤਾਂ ਪਰਚਾ ਦਰਜ ਹੋਣਾ ਚਾਹੀਦਾ, ਜਾਂਚ ਦਾ ਕੰਮ ਤਾਂ ਬਾਅਦ ਦੀ ਗੱਲ ਹੈ, ਪਹਿਲਾਂ FIR ਦਰਜ ਕਰਕੇ ਉਹਨਾਂ 'ਤੇ ਕਾਰਵਾਈ ਕਰਨ। ਮੈਨੂੰ ਹੁਣੇ ਤੁਸੀਂ ਦੱਸਿਆ, ਮੈਨੂੰ ਪਤਾ ਨਹੀਂ ਸੀਗਾ, ਮੈਂ ਸ਼ਾਮੀ ਅੱਜ ਜਾਂਦਾ ਉੱਥੇ ਮਿਲ ਕੇ ਉਹਨਾਂ ਜੋੜੇ ਨੂੰ, ਹੁਣੇ ਉਹਨਾਂ ਨੂੰ ਮਿਲਦਾ, ਪਤਾ ਕਰਦਾ ਉਹਨਾਂ ਦਾ ਪਰਚਾ ਪੁਰਚਾ ਹੋਇਆ ਕਿ ਨਹੀਂ ਹੋਇਆ, ਕੀ ਹੋਇਆ। ਆਪਾਂ ਉਹਨਾਂ ਦੇ ਨਾਲ ਆ, ਬੜੀ ਮਾੜੀ ਗੱਲ ਕੀਤੀ ਉੱਥੇ ਜਿਹੜੇ ਬੰਦੇ ਉਹਨਾਂ ਦੇ ਗੱਲ ਪਏ, ਹਿਮਾਚਲ ਦੇ ਚੀਫ ਮਿਨਿਸਟਰ ਨੂੰ ਲੈਟਰ ਲਿਖਾਂਗੇ, DGP ਨਾਲ ਗੱਲ ਕਰਾਂਗੇ ਕਿ ਸਾਨੂੰ ਮਤਲਬ ਜਿਹੜਾ ਇਹਦੇ 'ਤੇ ਮਤਲਬ ਜਿਹੜਾ ਕਾਰਵਾਈ ਕਰਨ, ਜਿਹੜੇ ਬੰਦੇ ਉੱਥੇ ਗੱਲ ਪਏ, ਠੀਕ ਹੈ ਕਿ ਨਹੀਂ ਗਾ। ਆਪਾਂ ਇਹਨਾਂ ਦਾ ਹੀ ਜੁੜੇ ਦੇ ਨਾਲ ਹੈ।